AKS ਮੀਡੀਆ ਤੋਂ ਤੁਹਾਡਾ ਸਵਾਗਤ ਹੈ। ਪਿੰਡ ਤਾਜਪੁਰ ਜ਼ਿਲ੍ਹਾ ਨਵਾਂਸ਼ਹਿਰ ਵਿਖੇ ਪਿੰਡ ਦੀ ਨੌਜਵਾਨ ਸਭਾ ਵੱਲੋਂ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਪ੍ਰੈਸ ਰਿਪੋਰਟਰ ਜੋਤੀ ਦੇ ਨਾਲ ਕੈਮਰਾਮੈਨ ਮਹਿੰਦਰਪਾਲ ਦੀ ਰਾਮ ਤਰਫੋਂ। ਹੋਰ ਕਹਿਣਾ ਚਾਹੁੰਦੇ ਜੀ? ਸਾਨੂੰ ਕੁਛ ਰਾਸ਼ਨ ਦੀ ਹੋਰ ਕੋਈ ਲੋੜ ਹੋਵੇ ਦੱਸੋ, ਵਿੱਚ ਰਾਸ਼ਨ ਆਟਾ ਆ ਅਤੇ ਸਾਰੀਆਂ ਬਾਤਾਂ ਜਿਹੜੀਆਂ ਆਪਣੇ ਘਰ ਵਿੱਚ ਹਨਾ ਸਾਰੀਆਂ ਹੈਗੀਆਂ। ਅਤੇ ਹੋਰ ਤੁਸੀਂ ਕੋਈ ਕਹਿਣਾ ਚਾਹੁੰਦੇ? ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਕੋਈ ਸਮਾਨ ਦੀ ਲੋੜ ਹੋਵੇ ਆਪਾਂ ਤਾਂ ਆਏ ਹਾਂ ਤੁਹਾਡੇ ਕੋਲ। ਤੁਸੀਂ ਸਾਨੂੰ ਦੱਸੋ ਵੀ ਤੁਹਾਨੂੰ ਕੀ ਚੀਜ਼ ਦੀ ਲੋੜ ਹੈ, ਕੋਈ ਦਵਾਈ ਨਹੀਂ, ਕੋਈ ਰਾਸ਼ਨ ਦੀ? ਰਾਸ਼ਨ ਦੀ ਲੋੜ ਆ। ਅੱਛਾ ਜੀ, ਸਰਕਾਰ ਵੱਲੋਂ ਮਦਦ ਆਈ ਜੀ ਤੁਹਾਨੂੰ ਕੋਈ? ਸਾਡੇ ਪਿੰਡ ਦੀ ਯੂਥ ਨੇ ਮਦਦ ਕੀਤੀ, ਤੁਸੀਂ ਕੀ ਕਹੋਗੇ ਇਹਨਾਂ ਬਾਰੇ? ਪਿੰਡ ਦੇ ਮੁੰਡਿਆਂ ਨੇ ਤੁਹਾਡੀ ਮਦਦ ਕੀਤੀ ਹੈ, ਤੁਸੀਂ ਕੀ ਕਹੋਗੇ? ਮਦਦ ਕੀਤੀ ਆ ਜੀ, ਅਸੀਂ ਕਹਿੰਦੇ ਬਹੁਤ ਵਧੀਆ, ਧੰਨਵਾਦ ਹੈ ਨਾ ਵੀਰੇ। ਠੀਕ ਆ ਗਏ ਅੱਜ ਅੱਜ ਦਾ ਇੰਨੇ ਦਿਨ ਕਿੱਦਾਂ ਦੌੜ ਦੁੱਕ ਖਾਵਾਂ ਕਿੱਦਾਂ ਨਹੀਂ? ਠੀਕ ਆ ਆਪਣੇ ਪਿੰਡ ਦੇ ਮੁੰਡਿਆਂ ਨੂੰ ਅਤੇ ਅਸੀਂ ਕਲੱਬ ਵੱਲੋਂ ਕੁਛ ਡੋਨੇਸ਼ਨ ਕਰ ਰਹੇ ਹਾਂ, ਜਿਨ੍ਹਾਂ ਦੇ ਗਰੀਬ ਘਰ ਆ ਉਹਨਾਂ ਵਾਸਤੇ ਰਾਸ਼ਨ ਦਾ ਪ੍ਰਬੰਧ ਕੀਤਾ ਸੀਗਾ ਸਾਡੇ ਕਲੱਬ ਵੱਲੋਂ। ਅਤੇ ਇੱਕ ਸਾਡੇ ਦੋਸਤ ਹੈ ਰਾਹੋਂ ਤੋਂ, ਡੋਨਰ ਆ ਸਾਡੇ, ਅਤੇ ਉਹਨਾਂ ਨੇ ਵੀ ਸਾਡਾ ਸਹਿਯੋਗ ਦਿੱਤਾ ਸਨੀ ਟੈਲੀਕੋਮ। ਅਤੇ ਅਸੀਂ ਪਿੰਡ ਦੇ ਗਰੀਬ ਲੋਕਾਂ ਨੂੰ ਰਾਸ਼ਨ ਦੇਵਾਂਗੇ, ਅਤੇ ਜਦੋਂ ਤੱਕ ਬਿਮਾਰੀ ਠੀਕ ਨਹੀਂ ਹੁੰਦੀ ਅਤੇ ਆਪਾਂ ਇੱਦਾਂ ਹੀ ਹੈਲਪ ਕਰਦੇ ਰਹਾਂਗੇ ਲੋਕਾਂ ਦੀ। ਸਰਕਾਰ ਨੂੰ ਵੀ ਅਪੀਲ ਕੀਤੀ ਸੀਗੀ, ਜਿੱਦਾਂ ਅੰਕਲ ਨੂੰ ਵੀ ਆਪਾਂ ਕੰਟੈਕਟ ਕੀਤਾ ਸੀਗਾ, ਫੇਸਬੁੱਕ ਰਾਹੀਂ ਕੀਤਾ ਸੀਗਾ, ਫੋਨ ਵੀ ਆਪਾਂ ਕੀਤੇ ਉਹਨਾਂ ਹੈਲਪਲਾਈਨ ਨੰਬਰਾਂ 'ਤੇ। ਪਹਿਲਾਂ ਤਾਂ ਨੰਬਰ ਕੋਈ ਲੱਗਦਾ ਨਹੀਂ ਸੀਗਾ ਉਹਨਾਂ ਦਾ, ਅਤੇ ਇੱਕ ਵਾਰ ਨੰਬਰ 'ਤੇ ਲੱਗਿਆ, ਇੱਕ ਦਿਨ ਬਾਅਦ ਜਾ ਕੇ ਨੰਬਰ ਲੱਗਾ, ਅਤੇ ਉਹਨਾਂ ਨੇ ਫਿਰ ਗੱਲ ਹੋਈ ਸੀਗਾ ਵੀ ਤੁਸੀਂ ਕੁਛ ਕਰ ਸਕਦੇ ਹਾਂ ਨਾ, ਵੀ ਗਰੀਬ ਬਾਬਾ ਅਤੇ ਰਾਸ਼ਨ ਲੋਕ ਸਾਨੂੰ ਕਹਿੰਦੇ ਵੀ ਹੈਲਪ ਕਰਨ ਲਈ, ਅਤੇ ਉਹ ਕਹਿੰਦੇ ਵੀ ਸਾਡੇ ਕੋਲ ਰਾਸ਼ਨ ਦਾ ਪ੍ਰਬੰਧ ਹੈ ਨਹੀਂ ਗਾ, ਦਵਾਈਆਂ ਦਾ ਵੀ ਲੋੜ ਆ ਤਾਂ ਤੁਸੀਂ ਸਾਨੂੰ ਕੰਟੈਕਟ ਕਰੋ। ਅਤੇ ਫਿਰ ਅਸੀਂ ਕਿਹਾ ਵੀ ਅੱਜ ਕੱਲ੍ਹ ਸਪਰੇਅ ਕਰਨੀ ਸੀ ਸਾਨੂੰ ਦਵਾਈ ਦੀ ਵੀ ਲੋੜ ਪਈ, ਅਤੇ ਫਿਰ ਅਸੀਂ ਜਦੋਂ ਕਾਲ ਕੀਤੀ ਕਿਸੇ ਵੀ ਮੈਡੀਕਲ ਵਾਲੇ ਦਾ ਨਾ ਕਿਸੇ ਦਾ ਬੰਦ ਸੀਗਾ, ਕਿਸੇ ਦਾ ਬੀਜ ਜਾਂਦਾ ਸੀਗਾ ਫੋਨ, ਅਤੇ ਫਿਰ ਉਹ ਕਹੇ ਸੀ ਇੱਕ ਦਾ ਨੰਬਰ ਲੱਗਿਆ ਰਮਨ ਨੇ ਲਾਇਆ, ਅਤੇ ਉਹ ਕਹਿੰਦੇ ਵੀ ਸਾਡਾ ਏਰੀਆ ਸਾਡੇ ਏਰੀਆ 'ਚ ਪੈਂਦਾ ਹੈਗਾ, ਯਾਨੀ ਕਿ ਕਹਿੰਦੇ ਤਾਂ ਹੈਗੇ ਅਸੀਂ ਕਰ ਰਹੇ ਹਾਂ ਸਿਸਟਮ, ਪਰ ਇਹਨਾਂ ਸਹੀ ਚੱਲ ਨਹੀਂ ਰਿਹਾ ਹੈਗਾ, ਲੋਕਾਂ ਤੱਕ ਪਹੁੰਚ ਨਹੀਂ ਰਿਹਾ ਇਹਨਾਂ ਦਾ ਜੋ ਵੀ ਕਰ ਰਹੇ ਹੈ ਨਾ। ਅਤੇ ਅਸੀਂ ਫਿਰ ਆਪ ਖੁਦ ਅਸੀਂ ਕਿਹਾ ਵੀ ਅਸੀਂ ਆਪ ਕਰਾਂਗੇ ਜਿੰਨੀ ਹੈਲਪ ਕਰ ਸਕਦੇ ਹਾਂ, ਅਸੀਂ ਬਾਕੀ ਨੂੰ ਵੀ ਕਹਾਂਗੇ ਜੇ ਕੋਈ ਕਰ ਸਕਦਾ ਹੈਲਪ ਤਾਂ ਜ਼ਰੂਰ ਕਰੇ।
ਤੇ ਆਪਣੇ ਆਸੇ ਪਾਸੇ ਪਿੰਡ ਦਾ ਕੋਈ ਗਰੀਬ ਘਰ ਉਹਨਾਂ ਦੀ ਵੀ ਹੈਲਪ ਕਰਨੀ ਸਾਰਿਆਂ ਨੂੰ ਚਾਹੀਦੀ ਹੈ। ਮੈਂ ਸਰਕਾਰ ਨੂੰ ਇਹੀ ਬੇਨਤੀ ਕਰਦੀ ਹਾਂ ਕਿ ਜਿੱਦਾਂ ਇਹ ਯੂਥ ਕਲੱਬ ਵਾਲੇ ਪਿੰਡ ਤਾਜਪੁਰ ਜ਼ਿਲ੍ਹਾ ਨਵਾਂ ਸ਼ਹਿਰ ਵਿਖੇ ਇਹ ਕਰੋਨਾ ਵਾਇਰਸ ਦੇ ਚੱਲਦੇ ਆ ਗਰੀਬਾਂ ਦੀ ਮਦਦ ਕਰ ਰਹੇ ਆ, ਤੇ ਪਲੀਜ਼ ਡਾਕਟਰ ਜਾਂ ਮੈਡੀਕਲ ਵਾਲੇ ਫੋਨ ਆਪਣਾ ਜ਼ਰੂਰ ਚੱਕਣ। ਧੰਨਵਾਦ।